ਇਹ ਜਿਹੜੇ ਹੈਗੇ ਆ ਵੀ ਬੇਅਦਬੀਆਂ ਕਰ ਕੁੜੀਆਂ ਨੂੰ ਛੇੜਦੇ ਆ ਯਾਗੰਦਰ ਕੁੜੀ ਨੂੰ ਗਲਫੜੀ ਪਾਈ ਆ ਨੇ ਤੇ ਜਾ ਕੇ ਪੰਜਾਬੀਆਂ ਦੀ ਕੁੜੀ ਨੂੰ ਜੁਰਤ ਕਿੱਦਾਂ ਪਈ ਜੇ ਤੇਰੀ ਭੈਣ ਹੁੰਦੀ ਤੇਰੀ ਭੈਣ ਨੂੰ ਕੋਈ ਪਾਊਗਾ ਗਲਤੀ ਕਿਦਾਂ ਤੈਨੂੰ ਵੱਢਣਾ ਨਿੱਕਾ ਨਿੱਕਾ ਕਰਕੇ ਆ ਦੇਖ ਲੋ ਦਲੇ ਸ਼ਰਮ ਕੁੜੀ ਨੂੰ ਹੱਥ ਪਾਇਆ ਨਾ ਬੰਦੇ ਨੇ ਕਮਾਉਣ ਵਾਸਤੇ ਆਏ ਤੇ ਲੋਕਾਂ ਦੀ ਧੀਆ ਭੈਣਾਂ ਨੂੰ ਛੇੜਨ ਵਾਸਤੇ ਆਏ ਹੋਏ ਹੋ ਜਿਹੜਾ ਨਾ ਹੋਵੇ ਇਹਨੂੰ ਥਾਣੇ ਫੜਾਓ ਗਲਤੀ ਕਹਿ ਕੇ ਛੁਟਕਾਰਾ ਹੁੰਦਾ ਤਾਂ ਗਲਤੀ ਕੱਢ ਕੇ ਤੁਸੀਂ ਸਟਾਲ ਕਰ ਲੈਣੇ ਹੋਏ ਤੇਰੇ ਤਾਂ ਪੁਆਣੇ ਪਰਚਾ ਦੇ ਤਾਂ 10 ਸਾਲ ਬਾਹਰ ਨਾ ਨਿਕਲਿਆ ਅੱਛਾ ਖੜਾ ਕਿੱਦਾਂ ਥੱਲੇ ਬੈ ਰੁਕ 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 ਮਾਰਨਾ ਨਹੀਂ ਜਿਆਦਾ ਮਾਰ ਦੇ ਜਾਨ ਤਾਂ ਹੀ ਮਾਰ ਦੋ ਤੇਰੇ ਘਰੇ ਕੁੜੀ ਹੈਗੀ ਮਾਤਾ ਤੇਰੇ ਘਰੇ ਕੁੜੀ ਹੈਗੀ ਆ ਕੁੜੀ ਹਣੀ ਨਾ ਤਾਂ ਗੱਲਾਂ ਕਰਦੀ ਆ ਕੁੜੀ ਯਾਰ ਆਪੀ ਬੇਜਾ ਮਾਂ ਤੂੰ ਤੇ ਤੇਰੀ ਜੇ ਮਾਰ ਦੇ ਨੂੰ ਗੁਜਰਾ ਬਾਬਾ ਹੀ ਮਾਰ ਦੇ ਮੈਂ ਕੁੱਤਾ ਦੇਖਾ ਦੇ ਨਾ ਪਰਚਾ ਨਹੀਂ ਓ ਨਹੀਂ ਓ ਨਹੀਂ ਪਰਚਾ ਨਹੀਂ ਹੱਥਾਂ ਨਾਲ ਹੱਥਾਂ ਨਾਲ ਹੱਥਾਂ ਨਾਲ ਹੱਥਾਂ ਨਾਲ ਹੱਥਾਂ ਨਾਲ ਆ ਕਰਤੂਤਾ ਇਹਨਾਂ ਦੀ ਓਏ ਪ੍ਰੋਗਰਾਮ ਨੇ ਤਾਂ ਅੱਗੇ ਰੱਖਦੇ ਸੀ ਪ੍ਰਵਾਸੀਆਂ ਨੂੰ ਸੀ ਭਈਏ ਗੰਦ ਪਾਇਆ ਪੰਜਾਬ ਦੇ ਵਿੱਚ ਆਣ ਕੇ ਹੁਣ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਈਆਂ ਸਰਕਾਰਾਂ ਆ ਜਿਹੜੇ ਮਿੰਟਾਂ ਦੇ ਵਿੱਚ ਕਹਿੰਦੇ ਆ ਨਾ ਵੀ ਇੱਦਾਂ ਇੱਦਾਂ ਕਰਕੇ ਆ ਵੀ ਆਹ ਦੇਖ ਲਓ ਕੀ ਹਾਲ ਕਰਦੇ ਆ ਧੀਆਂ ਭੈਣਾਂ ਦਾ ਪਰਦੇਸੀ ਲੋਕ ਵਾਹਿਗੁਰੂ ਜੀ ਕੀ ਫਤਿਹ ਆ ਘੰਟਾ ਕੁ ਪਹਿਲਾਂ ਵੀਡੀਓ ਜਿਹੜੀਆਂ ਚੱਲੀਆਂ ਨੇ ਆ ਉਹਨਾਂ ਦੀ ਮਾਤਾ ਕੁੜੀ ਦੀ ਤੇ ਹੁਣ ਦੱਸੋ ਭੈਣ ਜੀ ਦਾਦੇ ਜੋ ਵੀ ਹੋਇਆ ਭੈਣੇ ਦੱਸੋ ਕੀ ਗੱਲਬਾਤ ਹੋਈ ਤੁਹਾਡੇ ਨਾਲ ਉਹਦਾ ਮੇਰੀ ਕੁੜੀ ਬੁਰਸ਼ ਕਰਨ ਦੇ ਸੀ ਅਸੀਂ ਤਾਂ ਕੰਮ ਤੇ ਗਏ ਸੀ ਤੇ ਉਹਨਾਂ ਨੇ ਅੰਦਰ ਆ ਕੇ ਗੁਆ ਖੋਲ ਕੇ ਆਇਆ ਤੇ ਮੇਰੀ ਕੁੜੀ ਨੂੰ ਗਲਫੜੀ ਪਾਉਣਾ ਅੱਛਾ ਹਾਂ ਤਾਂ ਉਹਨੇ ਧੱਕਾ ਮਾਰ ਕੇ ਬਾਹਰ ਛੱਡਤਾ ਅੱਛਾ ਤੇ ਛੋਟਾ ਭਰਾ ਸੀਗਾ ਤਾਂ ਜਿਹਦਾ ਘਰ ਚੋਂ ਬਚਾ ਹੋ ਗਿਆ ਅੱਛਾ ਇਹ ਪ੍ਰਵਾਸੀ ਸੀਗਾ ਇੱਕ ਅੱਛਾ ਜੀ ਇਹ ਪ੍ਰਵਾਸੀ ਨੇ ਇਸ ਤਰ੍ਹਾਂ ਗਲਤ ਗੱਲ ਕੀਤੀ ਅੱਛਾ ਜੀ ਪਰਦਾ ਇਹ ਕੀ ਕਹਿਣਾ ਚਾਹੁੰਦੇ ਆ ਖਾਲਸਾ ਜੀ ਤੁਸੀਂ ਦੱਸੋ ਜੀ ਹੁਣ ਅਸੀਂ ਤਾਂ ਜੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਇੱਕ ਪ੍ਰਵਾਸੀ ਹਾਂਜੀ ਪੰਜਾਬੀਆਂ ਨਾਲ ਇਸ ਤਰ੍ਹਾਂ ਧੱਕਾ ਹੋ ਰਿਹਾ ਧੀਆਂ ਭੈਣਾਂ ਨੂੰ ਹੱਥ ਪਾਇਆ ਜਾ ਰਿਹਾ ਠੀਕ ਹੈ ਜੀ ਬਹੁਤ ਇਹ ਗਲਤ ਕੰਮ ਹੋ ਰਿਹਾ ਅੱਛਾ ਜੀ ਜਿੱਥੇ ਵੀ ਦੇਖੇ ਦਾ ਬਹੁਤ ਜਗ੍ਹਾ ਤੋਂ ਤੁਹਾਨੂੰ ਦੇਖਣ ਨੂੰ ਇਹ ਜਗ੍ਹਾ ਇਲਾਕਾ ਕਿਹੜਾ ਜੀ ਤੁਹਾਡਾ ਕੀ ਨਾਂ ਜੀ ਸਾਡਾ ਪਿੰਡ ਚਾਬੇ ਵਾਲਾ ਅੱਛਾ ਜੀ ਚਾਬੇ ਵਾਲੇ ਪਿੰਡ ਹੈ ਸਾਡਾ ਅੱਛਾ ਜੀ ਤੇ ਚਾਬੇ ਵਾਲੇ ਸੀ ਰਹਿੰਦੇ ਆ ਤੁਹਾਡਾ ਨਾਂ ਕੀ ਜੀ ਮੇਰਾ ਨਾਮ ਸਤਨਾਮ ਸਿੰਘ ਸਤਨਾਮ ਸਿੰਘ ਜੀ ਅੱਛਾ ਜੀ ਸਤਨਾਮ ਸਿੰਘ ਜੀ ਕੀ ਹੋਇਆ ਕੀ ਕੋਈ ਪੂਰੀ ਵੀ ਉਹ ਕੋਈ ਲਾਕਡਾਊਨ ਨਾਲ ਕੀਤਾ ਜਾਂ ਕਿੱਦਾਂ ਹੋਈ ਗੱਲਬਾਤ ਲਾਕਡਾਊਨ ਨਾਲ ਹੀ ਉਹ ਆਮ ਪ੍ਰੋਗਰਾਮ ਵੀ ਕਰਦੇ ਸੀ ਇਹ ਸਾਡੋ ਹੁਣੀ ਮੇਰੇ ਵਧੀਆ ਵਿੱਚ ਆਉਂਦੇ ਜਾਂਦੇ ਸੀਗੇ ਪਰ ਉਹਦੀ ਦਿਲ ਦੀ ਮੈਲ ਦਾ ਪਤਾ ਨਹੀਂ ਸੀਗਾ ਵੀ ਇਹ ਗੱਲ ਇਸ ਤਰ੍ਹਾਂ ਕਰੂਗਾ ਅੱਛਾ ਜੀ ਇਹ ਅੱਜ ਸਵੇਰ ਦੀ ਤਰੀਕ ਨਹੀਂ ਅੱਜ 20 ਤਰੀਕ ਸਵੇਰ ਦਾ ਇਹ ਟਾਈਮ 8:30 ਵਜੇ ਦਾ ਅੱਛਾ 8:30 ਵਜੇ ਦਾ ਤੇ ਤੁਸੀਂ ਇਹ ਕੁੜੀ ਦੇ ਫਾਦਰ ਸਾਹਿਬ ਹਾਂਜੀ ਹਾਂ ਕੀ ਹੋਇਆ ਵੀਰ ਜੀ ਦੱਸੋ ਯਾਰ ਮੈਂ ਤੇ ਸਰ ਜੀ ਕੰਮ ਤੇ ਗਿਆ ਹੀ ਹੈ ਅੱਛਾ ਜੀ ਤੇ ਮਗਰੋਂ ਕੁੜੀ ਦਾ ਫੋਨ ਆਇਆ ਵੀ ਨਾਲ ਦਾ ਗੁਆਂਢੀ ਅੰਕਲ ਆ ਗਿਆ ਤੇ ਮੈਨੂੰ ਉਹਨੇ ਫੜ ਲਿਆ ਹੈ 7 ਵਜੇ ਜੀ ਹਾਂਜੀ ਉਸ ਤੋਂ ਬਾਅਦ ਫਿਰ
ਕਾਰਵਾਈ ਹੁਣ ਤੁਹਾਨੂੰ ਕਿਹਾ ਅਗਲੀ ਕਾਰਵਾਈ ਕੀ ਮੰਗਣਾ ਚਾਹੁੰਦੇ ਤੁਸੀਂ ਅਗਲੀ ਵਾਰ ਕਾਨੂੰਨ ਤੋਂ ਅਸੀਂ ਇਨਸਾਫ ਦੇਖੋ ਇਹ ਇਨਸਾਫ ਚਾਹੀਦਾ ਆਪਾਂ ਨੂੰ ਹੱਕ ਕੀ ਹੈ ਠੀਕ ਹੈ ਜੀ ਜਿਹੜੇ ਪ੍ਰਵਾਸੀ ਲੋਕ ਇਸ ਤਰ੍ਹਾਂ ਕਰਦੇ ਆ ਰਹਿਣਾ ਨਹੀਂ ਚਾਹੀਦਾ ਸਾਡੇ ਕੋਲ ਠੀਕ ਹੈ ਜੀ ਹੁਣ ਪੁਲਿਸ ਕਾਰਵਾਈ ਪੁਲਿਸ ਹਵਾਲੇ ਕਰ ਦਿੱਤਾ ਹੈਗਾ ਜੀ ਹਾਂ ਉਹ ਕਰ ਦਿੱਤਾ ਜੀ ਹੁਣ ਜਿਹੜੀ ਬਣਦੀ ਕਾਰਵਾਈ ਸਾਨੂੰ ਦੱਸਣਗੇ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ